ਸਿੱਧੂ ਮੂਸੇਵਾਲਾ ਕਤਲਕਾਂਡ ਦੇ ਵਿੱਚ ਲਾਰੈਂਸ ਬਿਸ਼ਨੋਈ ਨੇ ਜ਼ਿੰਮੇਵਾਰੀ ਚੱਕੀ ਸੀ, ਭਾਵੇਂ ਹੁਣ ਲਾਰੈਂਸ ਬਿਸ਼ਨੋਈ ਦੇ ਵਕੀਲ ਵੱਲੋਂ ਇੱਕ ਪਟੀਸ਼ਨ ਪਾਈ ਗਈ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਉਸਦਾ ਕੋਈ ਮਤਲਬ ਇਸ ਮਾਮਲੇ ਦੇ ਨਾਲ ਨਹੀਂ ਹੈ। ਪਰ ਹੁਣ ਇੱਕ ਹੋਰ ਸਿੰਗਰ ਦੇ ਮਾਮਲੇ ਦੇ ਨਾਲ ਲਾਰੈਂਸ ਬਿਸ਼ਨੋਈ ਦਾ ਨਾਮ ਜੁੜ ਗਿਆ। ਦਰਅਸਲ ਏਪੀ ਢਿੱਲੋਂ ਜਿਹੜਾ ਇੱਕ ਮਸ਼ਹੂਰ ਗਾਇਕ ਹੈ, ਉਸਦੇ ਘਰ ਦੇ ਉੱਤੇ ਅੰਨੇਵਾਹ ਗੋਲੀਆਂ ਚਲਾਈਆਂ ਗਈਆਂ ਕੈਨੇਡਾ ਦੇ ਵਿੱਚ, ਕੈਨੇਡਾ ਦੇ ਵੈਨਕੂਵਰ ਦੇ ਵਿੱਚ ਉਸਦਾ ਘਰ, ਔਰ ਘਰ ਤੋਂ ਬਾਹਰ ਗੇਟ ਨਜ਼ਦੀਕ ਖੜ੍ਹਦਿਆਂ ਇੱਕ ਵਿਅਕਤੀ ਗੋਲੀਆਂ ਚਲਾਉਂਦਾ ਵੀਡੀਓ ਦੇ ਵਿੱਚ ਨਜ਼ਰ ਆ ਰਿਹਾ। ਇਸ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗਰੁੱਪ ਨੇ ਚੁੱਕੀ ਹੈ। ਜਾਣਕਾਰੀ ਮੁਤਾਬਕ, ਜੋ ਤੱਥ ਅਜੇ ਤੱਕ ਸਾਹਮਣੇ ਆਏ ਆ, ਉਹਨਾਂ ਮੁਤਾਬਕ ਲਾਰੈਂਸ ਗੈਂਗ ਨੇ ਇਸਦੀ ਜ਼ਿੰਮੇਵਾਰੀ ਚੁੱਕੀ ਹੈ। ਰੋਹਿਤ ਗਦਾਰਾ ਨਾਂ ਦਾ ਇੱਕ ਲਾਰੈਂਸ ਗੈਂਗ ਦਾ ਮੈਂਬਰ ਹੈ, ਜਿਸ ਨੇ ਸੋਸ਼ਲ ਮੀਡੀਆ ਦੇ ਉੱਤੇ ਕਥਿਤ ਤੌਰ ਦੇ ਉੱਤੇ ਇੱਕ ਪੋਸਟ ਸਾਂਝੀ ਕੀਤੀ ਹੈ। ਕਿਹਾ ਜਾ ਰਿਹਾ ਕਿ ਜੋ ਇਹ ਲਿਖਤੀ ਕੰਟੈਂਟ ਤੁਹਾਨੂੰ ਦਿਖਾ ਰਹੇ ਹਾਂ, ਇਹ ਰੋਹਿਤ ਗਦਾਰਾ ਨੇ ਲਿਖਿਆ ਜੋ ਏਪੀ ਢਿੱਲੋਂ ਦੇ ਘਰ ਗੋਲੀਆਂ ਚਲਾਉਣ ਤੋਂ ਬਾਅਦ ਵਾਇਰਲ ਹੋਇਆ। ਹਾਲੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਕਿ ਇਹ ਪ੍ਰਮਾਣਿਤ ਤੌਰ 'ਤੇ ਰੋਹਿਤ ਗਦਾਰਾ ਦੇ ਵੱਲੋਂ ਲਿਖਿਆ ਗਿਆ ਜਾਂ ਇੱਕ ਕਬੂਲਨਾਮਾ ਹੈ, ਪਰ ਸੂਤਰਾਂ ਮੁਤਾਬਕ ਜਾਂ ਕਹਿ ਦਈਏ ਕਿ ਮੀਡੀਆ ਰਿਪੋਰਟਾਂ ਮੁਤਾਬਕ ਅਜੇ ਤੱਕ ਇਹੀ ਚੀਜ਼ ਜਿਹੜੀ ਪ੍ਰਚਲਿਤ ਹੈ ਚੱਲਦੀ ਪਈ ਹੈ, ਇਹੀ ਤੱਥ ਅਜੇ ਤੱਕ ਸਾਹਮਣੇ ਆ ਸਕੇ ਨੇ। ਕੁਝ ਵੀਡੀਓਜ਼ ਨੇ ਜਿਹਦੇ ਵਿੱਚ ਕੋਈ ਵਿਅਕਤੀ ਗੇਟ ਦੇ ਉੱਤੇ ਖੜ੍ਹਿਆ ਗੋਲੀਆਂ ਚਲਾਉਂਦਾ ਨਜ਼ਰ ਆ ਰਿਹਾ, ਸਾਹਮਣੇ ਇੱਕ ਘਰ ਨਜ਼ਰ ਆ ਰਿਹਾ, ਔਰ ਕਿਹਾ ਜਾ ਰਿਹਾ ਕਿ ਉਹ ਘਰ ਵੀ ਏਪੀ ਢਿੱਲੋਂ ਦਾ ਆਇਆ। ਦਰਅਸਲ ਇਹ ਸਾਰੀ ਵਾਰਦਾਤ 1 ਸਤੰਬਰ ਨੂੰ ਵਾਪਰੀ ਸੀ, 1 ਸਤੰਬਰ ਦੀ ਰਾਤ ਨੂੰ ਇਹ ਵਾਰਦਾਤ ਵਾਪਰੀ ਜਦੋਂ ਏਪੀ ਢਿੱਲੋਂ ਦੇ ਘਰ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ, ਤਾਬੜ ਤੋੜ ਗੋਲੀਆਂ ਚੱਲੀਆਂ, ਅਤੇ ਅਚਾਨਕ ਇਹ ਸੁਰਖੀਆਂ ਬਣ ਗਈਆਂ ਕਿ ਲਾਰੈਂਸ ਗੈਂਗ ਦੀ ਅੱਖ ਹੁਣ ਏਪੀ ਢਿੱਲੋਂ ਦੇ ਉੱਤੇ ਆ। ਪਰ ਕਾਰਨ ਕੀ ਹੈ? ਇਸ ਤਰ੍ਹਾਂ ਦਾ ਵਾਕਿਆ ਪਹਿਲਾਂ ਵੀ ਵਾਪਰਿਆ ਸੀ ਗਿੱਪੀ ਗਰੇਵਾਲ ਦੇ ਨਾਲ, ਕੁਝ ਮਹੀਨੇ ਪਹਿਲਾਂ ਗਿੱਪੀ ਗਰੇਵਾਲ ਦੇ ਘਰ ਦੇ ਉੱਤੇ ਵੀ ਗੋਲੀਆਂ ਚਲਾਈਆਂ ਗਈਆਂ ਸੀ ਬਾਹਰ ਵਿਦੇਸ਼ ਦੇ ਵਿੱਚ, ਔਰ ਹੁਣ ਏਪੀ ਢਿੱਲੋਂ ਦੇ ਘਰ ਦੇ ਵਿੱਚ ਬਾਹਰ ਵੀ ਗੋਲੀਆਂ ਚਲਾਈਆਂ ਗਈਆਂ ਨੇ। ਔਰ ਇਸ ਦੇ ਵਿੱਚ ਮਾਮਲਾ ਇੱਕੋ ਹੀ ਸਾਹਮਣੇ ਆਇਆ ਹੈ, ਲਾਰੈਂਸ ਬਿਸ਼ਨੋਈ ਗੈਂਗ ਨੇ ਇਹ ਇਲਜ਼ਾਮ ਕਥਿਤ ਤੌਰ ਦੇ ਉੱਤੇ ਲਾਇਆ ਜੇ ਇਹ ਪੋਸਟ ਸਹੀ ਹੈ ਤਾਂ। ਗਿੱਪੀ ਗਰੇਵਾਲ ਵਾਰੀ ਵੀ ਸਲਮਾਨ ਖਾਨ ਦਾ ਮਾਮਲਾ ਸੀ, ਔਰ ਏਪੀ ਢਿੱਲੋਂ ਵਾਰੀ ਵੀ ਸਲਮਾਨ ਖਾਨ ਦਾ ਮਾਮਲਾ ਦੱਸਿਆ ਜਾ ਰਿਹਾ। ਦਰਅਸਲ ਹਾਲ ਹੀ ਦੇ ਵਿੱਚ ਏਪੀ ਢਿੱਲੋਂ ਦਾ ਇੱਕ ਗਾਣਾ ਆਇਆ ਸੀ, ਇੱਕ ਗੀਤ ਆਇਆ ਸੀ ਜਿਸ ਦੇ ਵਿੱਚ ਸਲਮਾਨ ਖਾਨ ਸੀ, ਔਰ ਇਸੇ ਕਾਰਨ ਉਹ ਗਾਣਾ ਇੱਕ ਤਾਂ ਚੱਲਿਆ ਬਹੁਤ, ਲੋਕਾਂ ਨੇ ਪਸੰਦ ਬਹੁਤ ਕੀਤਾ, ਔਰ ਦੂਜੀ ਗੱਲ ਲਾਰੈਂਸ ਗਰੁੱਪ ਦਾ ਸਲਮਾਨ ਖਾਨ ਦੇ ਖਿਲਾਫ ਜਿਹੜਾ ਰੋਹ ਹੈ, ਜਿਹੜੀ ਗੁੱਸਾ ਹੈ, ਜਿਹੜਾ ਈਰਖਾ ਹੈ, ਉਹ ਸਭ ਨੂੰ ਪਤਾ, ਔਰ ਸ਼ਾਇਦ ਇਹੀ ਕਾਰਨ ਰਿਹਾ ਕਿ ਲਾਰੈਂਸ ਬਿਸ਼ਨੋਈ ਗੈਂਗ ਨੇ ਕਥਿਤ ਤੌਰ 'ਤੇ ਇਹ ਜ਼ਿੰਮੇਵਾਰੀ ਚੱਕੀ ਹੈ। ਰੋਹਿਤ ਗਦਾਰਾ ਨੇ ਕਥਿਤ ਤੌਰ ਦੇ ਉੱਤੇ ਇਹ ਜ਼ਿੰਮੇਵਾਰੀ ਚੁੱਕੀ ਹੈ। ਖੈਰ, ਪ੍ਰਮਾਣਿਤ ਖਬਰਾਂ ਕੀ ਨੇ ਪੁਲਿਸ ਰਿਪੋਰਟਸ ਤੋਂ ਬਾਅਦ ਹੀ ਸਮਝਿਆ ਜਾ ਸਕਦਾ ਹੈ, ਪਰ ਅਜੇ ਤੱਕ ਕੁਝ ਵੀ ਸਿੱਧੇ ਤੌਰ 'ਤੇ ਨਹੀਂ ਕਿਹਾ ਗਿਆ। ਜ਼ਰੂਰ ਹਮਲਾ ਕੀਤਾ ਗਿਆ, ਔਰ ਹਮਲੇ ਤੋਂ ਬਾਅਦ ਕੀ ਹਾਲਾਤ ਬਣੇ ਨੇ, ਤੁਹਾਡੇ ਸਾਹਮਣੇ ਤਸਵੀਰਾਂ ਔਰ ਉਹ ਲਿਖਤੀ ਪੋਸਟ।